ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ, ਜਿੱਥੇ ਕਿ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਰੈਲੀ ਤੇ ਅਟੈਕ ਕੀਤਾ ਗਿਆ। ਦੱਸਦੇ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਕੁਝ ਅਣਪਛਾਤਿਆਂ ਦੇ ਵੱਲੋਂ ਬੱਸ ਦੀ ਤੋੜ ਭੰਨ ਕੀਤੀ ਗਈ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੱਸ ਚਾਲਕ ਨੇ ਦੱਸਿਆ ਕਿ ਕੁਝ ਨਿਹੰਗ ਸਿੰਘ ਅਤੇ ਕੁਝ ਹੋਰ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚਾਰ ਜਣੇ ਆ ਜੀ ਬਿਰਜਾ ਗੱਡੀ ਦੇ ਮਗਰੋਂ, ਸਾਨੂੰ ਤਾਂ ਕੋਈ ਪਤਾ ਨਹੀਂ। ਅਸੀਂ ਤਾਂ ਪਿੱਛੇ PRTC ਗੱਡੀ ਖਰਾਬ ਹੀ ਹੋ ਰਹੀ ਹੈ, ਸਵਾਰੀਆਂ ਵਿੱਚ ਲੱਦੀਆਂ ਉਹਦੇ ਗੱਡੀ ਦੇ ਪੂਰੀ ਲਾਈਨ ਲੱਗੀ ਪਈ। ਉਹ ਸਵਾਰੀਆਂ ਵਿਚਾਰੀਆਂ ਉਹਦੀਆਂ ਚੀਕਾਂ ਮਾਰੀਆਂ, ਜਦੋਂ ਇੱਧਰੋਂ ਨਾਲ ਕਿਰਪਾਨਾਂ ਮਾਰੀਆਂ ਨੂੰ ਆਣ ਕੇ ਇੱਧਰਲੀ ਸਾਈਡ ਤੋਂ ਮਾਰੀਆਂ, ਸਾਡੀ ਚਾਬੀ ਵੀ ਕੱਢ ਕੇ ਲੈ ਗਏ ਆ, ਮੁੜ ਕੇ ਇੱਧਰੋਂ ਬਾਰੀ ਤਾਂ ਖੁੱਲ੍ਹੀ ਨਹੀਂ ਅਤੇ ਇੱਧਰਲੀ ਸਾਈਡ ਆਣ ਕੇ ਇਹਨੂੰ ਕਨੈਕਟਰ ਨੂੰ ਮਾਰਨ ਲੱਗ ਪਏ ਆ। ਤੁਹਾਨੂੰ ਤਾਂ ਕੋਈ ਸਮਝ, ਚਾਰ ਅੱਠ ਜਣੇ ਉਹਨਾਂ ਗਾੜੀਓਂ ਸੱਦੇ ਮੋਨੇ, ਜਿਹੜੇ ਮੁੰਡੇ ਆਏ ਆ ਅਤੇ ਚਾਰ ਜਿਹੜੇ ਉਹ ਬਾਬੇ ਕੋਲ ਪਰਨੇ ਵਾਲੇ, ਉਹਨਾਂ ਕੋਲ ਕਿਰਪਾਨਾਂ ਚੌਂਕ ਕੋਲ ਜਿਹੜੇ ਬਿਰਜਾ ਗੱਡੀ ਚੋਂ ਨਿਕਲੇ। ਮੈਨੂੰ ਤਾਂ ਰੈਲੀ ਦਾ ਕਰਕੇ ਜ਼ਿਆਦਾ ਮਥੰਡੇ ਆ ਸਾਰੇ ਜੀ, ਰੈਲੀ ਇਹ ਰੈਲੀਆਂ ਥੋੜ੍ਹਾ ਵਾ, ਇਹ ਲੋਕਾਂ ਨੂੰ ਜਨਤਾ ਖਰਾਬ ਕਰਨ ਵਾਸਤੇ ਆ ਸਿਰਫ, ਰੈਲੀਆਂ ਨਹੀਂ ਗਈਆਂ। ਤੁਹਾਡਾ ਨਾਮ ਕੀ ਹੈ? ਸਾਡਾ ਮੁਖਤਾਰ ਸਿੰਘ ਆ। ਕਿੰਨੀਆਂ ਸਵਾਰੀਆਂ ਸੀਗੀਆਂ ਬੱਸ ਵਿੱਚ? ਸਾਰੇ ਫੁੱਲ ਹੀ ਲਾਈਨ ਲੱਗੀ ਜੀ ਵਿੱਚ ਗੱਡੀ ਦਾ, ਨੁਕਸਾਨ ਨਹੀਂ ਹੋਇਆ ਸਵਾਰੀ ਦਾ? ਨਹੀਂ, ਸਵਾਰੀ ਆ ਵਿਚਾਰੀ, ਇੱਕ ਕੁੜੀ ਨੇ ਜਿਹੜੀ ਉਹ ਮਾਸਾ ਵੀਡੀਓ ਬਣਾਈ ਆ, ਸਾਡੇ ਕੋਲ ਵੀਡੀਓ ਬਣਾਉਂਦਾ ਵੀ ਟਾਈਮ ਨਹੀਂ ਮਿਲਿਆ, ਵੀ ਉਹ ਗਾੜੀ ਨੂੰ ਮਾਰਨ ਲੱਗ ਪਿਆ, ਤਾਂ ਹੁਣ ਗੱਡੀ ਦਾ ਵੀ ਨੁਕਸਾਨ ਸੀ। ਦਿੱਲੀ ਤੋਂ ਆ ਰਹੇ ਜੀ? ਦਿੱਲੀ ਤੋਂ ਆ ਰਹੇ? ਹਾਂਜੀ। ਕੋਈ ਪਹਿਲੇ ਵਿਵਾਦ ਹੋਇਆ ਤੁਹਾਡਾ ਉਹਨਾਂ ਨਾਲ? ਨਹੀਂ ਜੀ, ਨਹੀਂ ਕੋਈ ਗੱਲ, ਇੱਥੇ ਸਵਾਰੀ ਕੋਈ ਪਹਿਲੀ ਗੱਲ ਤਾਂ ਹੋਣੀ ਆ ਜਾਂ ਜਲ ਗਈਆਂ ਹੋਣੀਆਂ, ਉਹਨਾਂ ਨੂੰ ਪੁੱਛ ਲਓ ਜੀ ਵੀ ਸਾਡੀ ਕਿਤੇ ਵੀ ਗੱਲ ਹੋਈ ਹੋਈ ਰਾਹ 'ਚ। ਇੱਥੇ ਰੋਕੇ ਆਣ ਕੇ ਰਹੇ ਪਹਿਲਾਂ, ਉੱਥੇ ਉਂਗਲਾਈਏ ਕਰਦੇ ਤੇ ਮੈਂ ਕੀ ਆ, ਇੱਥੇ ਆਣ ਕੇ ਸਾਈਡ ਆਪਦੀ ਹੈ, ਇੱਦਾਂ ਹੀ ਇੱਧਰਲੀ ਸਾਈਡ ਹੀ ਆਉਣੇ, ਆਪਦੀ ਸਾਈਡ ਇੱਧਰ ਮੁੜਨਾ ਹੈ, ਸਾਨੂੰ ਉੱਧਰ ਮੌਜੂਦ ਨਹੀਂ, ਦੂਜੀ ਸਾਈਡ ਜਾਂਦਾ। ਹੁਣ ਮੌਕੇ ਤੇ ਪੁਲਿਸ ਆਈ ਆ? ਪੁਲਿਸ ਆਈ ਆ, ਹੁਣ ਉਹ ਵੇਖੋ ਕੀ ਕਰਦੇ ਆ, ਹੁਣ ਗੱਡੀ ਦਾ ਨੁਕਸਾਨ ਆ, ਇਹ ਦੇਖੋ ਹੁਣ ਆਪਦਾ ਵੇਖੀ ਜਾਵੇ, ਦੋਨੋਂ ਸਾਈਡਾਂ ਮਾਰੀਆਂ, ਇੱਧਰ ਚਾਬੀ ਗੱਡੀ ਜਿਹੜੀ ਸਟਾਰਟ ਕਰ ਰਹੀ ਹੈ, ਦੂਜੀ ਹੈ ਸੈਂਸਰ ਵਾਲੀ ਗੱਡੀ ਨੇ ਸਟਾਰਟ ਨਹੀਂ ਹੋਣਾ ਜਿੰਨੇ ਚਿਰ ਚਾਬੀ ਨਾ ਮਿਲੀ, ਚਾਬੀ ਨਾਲ ਹੀ ਕੱਢ ਕੇ ਲੈ ਗਿਆ ਚਾਬੀ, ਜਦੋਂ ਇੱਧਰੋਂ ਮੈਂ ਉੱਤਰ ਕੇ ਗਿਆ ਦੇ ਲੈ, ਮੈਂ ਇੱਧਰੋਂ ਗੱਡੀ ਭੰਨਦੇ ਉਦੋਂ ਚਾਬੀ ਕੱਢ ਕੇ ਲੈ ਗਿਆ। ਕਿੰਨੇ ਜਾਣੇ ਸੀਗੇ ਟੋਟਲ? ਚਾਰ ਗੱਡੀ ਜਾ ਤੇ ਅੱਠ ਜਣੇ ਉਦਾਂ ਮੋਨੇ, ਉਧਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਅੰਮ੍ਰਿਤਪਾਲ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ, ਜਲਦ ਹੀ ਬਣਦੀ ਕਾਨੂੰਨੀ ਕਾਰਵਾਈ ਵੀ ਜਿਹੜੀ ਉਹ ਕੀਤੀ ਜਾਵੇਗੀ। ਬੱਸ ਵਾਲੇ ਦੀ ਝੜਪ ਹੋਈ ਹੈ ਕਿਸੇ ਆਪਸ ਵਿੱਚ, ਉਹ ਹਲੇ ਵੈਰੀਫਾਈ ਕਰਦੇ ਹਾਂ ਵੀ ਕਿਹਦੇ ਨਾਲ ਝੜਪ ਹੋਈ ਆ, ਪਰ ਉਸ ਤੋਂ ਬਾਅਦ ਜਿਹੜਾ ਰੋਡ ਜਾਮ ਹੋਇਆ ਸੀ ਉਹਦੇ ਅਸੀਂ ਖਿਲਾਇਆ। ਅੱਛਾ, ਕਾਂਗਰਸ ਦੇ ਵੱਲੋਂ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ, ਇਹ ਵੀ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਉਸਨੂੰ ਰੋਕਣ ਦੀ ਜਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ, ਕੁਝ ਅਜਿਹਾ ਸਾਹਮਣੇ ਆਇਆ ਤੁਹਾਡੇ? ਇੱਦਾਂ ਦਾ ਕੁਝ ਨਹੀਂ ਹੈਗਾ, ਇਹਦਾ ਆਪਸ ਵਿੱਚ ਕੋਈ ਲੜਾਈ ਝਗੜਾ ਹੋਇਆ, ਰੋਡਵੇਜ ਦਾ ਮਾਮਲਾ ਹੈਗਾ, ਉਹਦੇ ਵਿੱਚ ਕੋਈ ਆਪਸ ਵਿੱਚ ਦੋ ਪਾਰਟੀਆਂ ਲੜੀਆਂ, ਬੱਸ ਵਾਲਿਆਂ ਨਾਲ ਲੜਿਆ ਕੋਈ? ਜਿਹੜੇ ਮੁਖਤਿਆਰ ਡਰਾਈਵਰ ਹੈਗੇ ਨੇ ਬੱਸ ਦੇ, ਉਹਨਾਂ ਦਾ ਕਹਿਣਾ ਕਿ ਰੈਲੀ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਆਏ ਸੀ, ਉਹਨਾਂ ਨੇ ਹਮਲਾ ਕੀਤਾ। ਦੇਖੋ ਜੀ, ਇੱਦਾਂ ਕੁਝ ਤੇ ਸਟੀਕਰ ਤਾਂ ਲੱਗਿਆ ਨਹੀਂ, ਉਹ ਵੀ ਰੈਲੀ 'ਚੋਂ ਆਏ ਸੀ, ਨਹੀਂ ਆਏ ਸੀ, ਉਹ ਤਾਂ ਵੈਰੀਫਾਈ ਹੋਈ ਤੀ ਪਤਾ ਲੱਗੇਗਾ। ਕੁਛ ਲੋਕ ਕਹਿ ਰਹੇ ਨੇ ਕਿ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕਿਰਪਾਨ ਮਾਰੀ ਔਰ ਉਸ ਦੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਤਮੀਜ਼ੀ ਕੀਤੀ ਔਰ ਚਲੇ ਗਏ। ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਕੇ ਪਤਾ ਲੱਗਿਆ। ਹੁਣ ਕੀ, ਹੁਣ ਨਿਬੇੜਾ ਕੀ ਹੋਇਆ ਸੀ? ਉਹ ਜਿਹੜਾ ਵੀ ਇਹ ਕਹਿੰਦੇ ਪਏ ਆ ਵੀ ਸਾਡੇ ਨਾਲ ਇੱਦਾਂ ਤੱਕ ਹੋਇਆ, ਇਹ ਪਤਾ ਬਿਆਨ ਲਿਖਾਉਣਗੇ ਜੀ, ਅਸੀਂ FIR ਦਰਜ ਕਰਾਂਗੇ, ਉਸ ਤੋਂ ਇਨਵੈਸਟੀਗੇਟ ਕਰਾਂਗੇ, ਜਿਹੜੇ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਫੜ ਕੇ ਕਰਦੇ। ਸਕਾਈ ਨਿਊਜ਼ ਪੰਜਾਬ ਦੇ ਲਈ ਜਲੰਧਰ ਤੋਂ ਗੌਰਵ ਦੀ ਰਿਪੋਰਟ।